ਪੰਜਾਬ ਦੇ ਵਿੱਚ ਫੈਕਟਰੀਆਂ ਵਿੱਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਤੋਂ ਅਜਿਹੀ ਮਾੜੀ ਖਬਰ ਆ ਜਿਹੜੀ ਉਹ ਸਾਹਮਣੇ ਆਉਂਦੀ ਰਹਿੰਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਜੀਠਾ ਰੋਡ ਉੱਤੇ ਪੈਂਦੇ ਪਿੰਡ ਨਾਗਨਵਾ ਵਿੱਚ ਇੱਕ ਦਵਾਈਆਂ ਦੀ ਫੈਕਟਰੀ ਨੂੰ ਅੱਗ ਲੱਗੀ ਹੈ। ਇਸ ਫੈਕਟਰੀ ਦੇ ਵਿੱਚ ਹਜ਼ਾਰਾਂ ਵਰਕਰ ਕੰਮ ਕਰਦੇ ਸਨ, ਜਿਸ ਦੌਰਾਨ ਇੱਥੇ ਅੱਗ ਲੱਗੀ ਹੈ। ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ 4 ਵਜੇ ਦੇ ਕਰੀਬ ਇਸ ਫੈਕਟਰੀ ਦੇ ਸਟੋਰ ਵਿੱਚ ਅੱਗ ਲੱਗ ਜਾਂਦੀ ਹੈ, ਜਿੱਥੇ ਫੈਕਟਰੀ ਵਿੱਚ ਵਰਤਣ ਵਾਲਾ ਸਾਰਾ ਕੈਮੀਕਲ ਸਟੋਰ ਕੀਤਾ ਜਾਂਦਾ ਹੈ। ਉੱਥੇ ਅਚਾਨਕ ਅੱਗ ਲੱਗ ਜਾਂਦੀ ਹੈ, ਦੇਖਦੇ ਹੀ ਅੱਗ ਭਿਆਨਕ ਰੂਪ ਧਾਰਨ ਕਰ ਲੈਂਦੀ ਆ। ਪਤਾ ਲੱਗਣ ਉੱਤੇ ਫੈਕਟਰੀ ਵਿੱਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਇੱਕਦਮ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ। ਇਸ ਦੌਰਾਨ ਸਾਰੇ ਵਰਕਰ ਸੁਰੱਖਿਅਤ ਦੱਸੇ ਜਾ ਰਹੇ ਨੇ। ਫੈਕਟਰੀ ਦੇ ਮਾਲਕ ਰਮੇਸ਼ ਅਰੋੜਾ ਨਾਲ ਗੱਲ ਕਰਨ 'ਤੇ ਉਹਨਾਂ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ। ਅੱਗ ਬੁੱਝ ਜਾਣ 'ਤੇ ਫੈਕਟਰੀ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਹੀ ਅੱਗ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਬਲਾਕ ਦੇ ਵਿੱਚ ਕੈਮੀਕਲ ਦੇ ਕੁੱਲ 200 ਡਰੰਮ ਪਏ ਸਨ, ਜਿਨ੍ਹਾਂ ਦੇ ਵਿੱਚ IPSC ਕੈਮੀਕਲ, MDC ਕੈਮੀਕਲ, ਐਥੋਨੋਲ, ਆਈਜ਼ੋ, PG ਕੈਮੀਕਲ ਆਦਿ ਡਰੰਮਾਂ ਵਿੱਚ ਪਿਆ ਸੀ, ਅਤੇ ਹਰੇਕ ਡਰੰਮ ਦੇ ਵਿੱਚ 200 ਲੀਟਰ ਦੇ ਕਰੀਬ ਜਿਹੜਾ ਕੈਮੀਕਲ ਆ ਉਹ ਜਿਹੜਾ ਉਹ ਪਿਆ ਸੀ, ਜਿਸ ਤੋਂ ਭਿਆਨਕ ਅੱਗ ਲੱਗੀ ਹੈ। ਹਾਦਸੇ ਦੇ ਵਿੱਚ ਮਾਲਕ ਦੇ ਵੱਲੋਂ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਿਤਾਇਆ ਗਿਆ ਹੈ। ਅੰਕੜੇ ਅਜੇ ਆਉਣੇ ਬਾਕੀ ਨੇ। ਪੰਜਾਬ ਦੇ ਵਿੱਚ ਫੈਕਟਰੀਆਂ ਵਿੱਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਤੋਂ ਅਜਿਹੀ ਮਾੜੀ ਖਬਰ ਆ ਜਿਹੜੀ ਉਹ ਸਾਹਮਣੇ ਆਉਂਦੀ ਰਹਿੰਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਜੀਠਾ ਰੋਡ ਉੱਤੇ ਪੈਂਦੇ ਪਿੰਡ ਨਾਗਨਵਾ ਵਿੱਚ ਇੱਕ ਦਵਾਈਆਂ ਦੀ ਫੈਕਟਰੀ ਨੂੰ ਅੱਗ ਲੱਗੀ ਹੈ। ਇਸ ਫੈਕਟਰੀ ਦੇ ਵਿੱਚ ਹਜ਼ਾਰਾਂ ਵਰਕਰ ਕੰਮ ਕਰਦੇ ਸਨ, ਜਿਸ ਦੌਰਾਨ ਇੱਥੇ ਅੱਗ ਲੱਗੀ ਹੈ। ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ 4 ਵਜੇ ਦੇ ਕਰੀਬ ਇਸ ਫੈਕਟਰੀ ਦੇ ਸਟੋਰ ਵਿੱਚ ਅੱਗ ਲੱਗ ਜਾਂਦੀ ਹੈ, ਜਿੱਥੇ ਫੈਕਟਰੀ ਵਿੱਚ ਵਰਤਣ ਵਾਲਾ ਸਾਰਾ ਕੈਮੀਕਲ ਸਟੋਰ ਕੀਤਾ ਜਾਂਦਾ ਹੈ। ਉੱਥੇ ਅਚਾਨਕ ਅੱਗ ਲੱਗ ਜਾਂਦੀ ਆ, ਦੇਖਦੇ ਹੀ ਅੱਗ ਭਿਆਨਕ ਰੂਪ ਧਾਰਨ ਕਰ ਲੈਂਦੀ ਆ। ਪਤਾ ਲੱਗਣ ਉੱਤੇ ਫੈਕਟਰੀ ਵਿੱਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਇੱਕਦਮ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ। ਇਸ ਦੌਰਾਨ ਸਾਰੇ ਵਰਕਰ ਸੁਰੱਖਿਅਤ ਦੱਸੇ ਜਾ ਰਹੇ ਨੇ। ਫੈਕਟਰੀ ਦੇ ਮਾਲਕ ਰਮੇਸ਼ ਅਰੋੜਾ ਨਾਲ ਗੱਲ ਕਰਨ 'ਤੇ ਉਹਨਾਂ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ। ਅੱਗ ਬੁੱਝ ਜਾਣ 'ਤੇ ਫੈਕਟਰੀ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਹੀ ਅੱਗ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਬਲਾਕ ਦੇ ਵਿੱਚ ਕੈਮੀਕਲ ਦੇ ਕੁੱਲ 200 ਡਰੰਮ ਪਏ ਸਨ, ਜਿਨ੍ਹਾਂ ਦੇ ਵਿੱਚ IPSC ਕੈਮੀਕਲ, MDC ਕੈਮੀਕਲ, ਐਥੋਨੋਲ, ਆਈਜ਼ੋ, PG ਕੈਮੀਕਲ ਆਦਿ ਡਰੰਮਾਂ ਵਿੱਚ ਪਿਆ ਸੀ, ਅਤੇ ਹਰੇਕ ਡਰੰਮ ਦੇ ਵਿੱਚ 200 ਲੀਟਰ ਦੇ ਕਰੀਬ ਜਿਹੜਾ ਕੈਮੀਕਲ ਆ ਉਹ ਜਿਹੜਾ ਉਹ ਪਿਆ ਸੀ, ਜਿਸ ਤੋਂ ਭਿਆਨਕ ਅੱਗ ਲੱਗੀ ਹੈ। ਹਾਦਸੇ ਦੇ ਵਿੱਚ ਮਾਲਕ ਦੇ ਵੱਲੋਂ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਿਤਾਇਆ ਗਿਆ ਹੈ। ਅੰਕੜੇ ਅਜੇ ਆਉਣੇ ਬਾਕੀ ਨੇ। ਪੰਜਾਬ ਦੇ ਵਿੱਚ ਫੈਕਟਰੀਆਂ ਵਿੱਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਤੋਂ ਅਜਿਹੀ ਮਾੜੀ ਖਬਰ ਆ ਜਿਹੜੀ ਉਹ ਸਾਹਮਣੇ ਆਉਂਦੀ ਰਹਿੰਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਜੀਠਾ ਰੋਡ ਉੱਤੇ ਪੈਂਦੇ ਪਿੰਡ ਨਾਗਨਵਾ ਵਿੱਚ ਇੱਕ ਦਵਾਈਆਂ ਦੀ ਫੈਕਟਰੀ ਨੂੰ ਅੱਗ ਲੱਗੀ ਹੈ। ਇਸ ਫੈਕਟਰੀ ਦੇ ਵਿੱਚ ਹਜ਼ਾਰਾਂ ਵਰਕਰ ਕੰਮ ਕਰਦੇ ਸਨ, ਜਿਸ ਦੌਰਾਨ ਇੱਥੇ ਅੱਗ ਲੱਗੀ ਹੈ। ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ 4 ਵਜੇ ਦੇ ਕਰੀਬ ਇਸ ਫੈਕਟਰੀ ਦੇ ਸਟੋਰ ਵਿੱਚ ਅੱਗ ਲੱਗ ਜਾਂਦੀ ਹੈ, ਜਿੱਥੇ ਫੈਕਟਰੀ ਵਿੱਚ ਵਰਤਣ ਵਾਲਾ ਸਾਰਾ ਕੈਮੀਕਲ ਸਟੋਰ ਕੀਤਾ ਜਾਂਦਾ ਹੈ। ਉੱਥੇ ਅਚਾਨਕ ਅੱਗ ਲੱਗ ਜਾਂਦੀ ਆ, ਦੇਖਦੇ ਹੀ ਅੱਗ ਭਿਆਨਕ ਰੂਪ ਧਾਰਨ ਕਰ ਲੈਂਦੀ ਆ। ਪਤਾ ਲੱਗਣ ਉੱਤੇ ਫੈਕਟਰੀ ਵਿੱਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਇੱਕਦਮ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ। ਇਸ ਦੌਰਾਨ ਸਾਰੇ ਵਰਕਰ ਸੁਰੱਖਿਅਤ ਦੱਸੇ ਜਾ ਰਹੇ ਨੇ। ਫੈਕਟਰੀ ਦੇ ਮਾਲਕ ਰਮੇਸ਼ ਅਰੋੜਾ ਨਾਲ ਗੱਲ ਕਰਨ 'ਤੇ ਉਹਨਾਂ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ। ਅੱਗ ਬੁੱਝ ਜਾਣ 'ਤੇ ਫੈਕਟਰੀ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਹੀ ਅੱਗ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਬਲਾਕ ਦੇ ਵਿੱਚ ਕੈਮੀਕਲ ਦੇ ਕੁੱਲ 200 ਡਰੰਮ ਪਏ ਸਨ, ਜਿਨ੍ਹਾਂ ਦੇ ਵਿੱਚ IPSC ਕੈਮੀਕਲ, MDC ਕੈਮੀਕਲ, ਐਥੋਨੋਲ, ਆਈਜ਼ੋ, PG ਕੈਮੀਕਲ ਆਦਿ ਡਰੰਮਾਂ ਵਿੱਚ ਪਿਆ ਸੀ, ਅਤੇ ਹਰੇਕ ਡਰੰਮ ਦੇ ਵਿੱਚ 200 ਲੀਟਰ ਦੇ ਕਰੀਬ ਜਿਹੜਾ ਕੈਮੀਕਲ ਆ ਉਹ ਜਿਹੜਾ ਉਹ ਪਿਆ ਸੀ, ਜਿਸ ਤੋਂ ਭਿਆਨਕ ਅੱਗ ਲੱਗੀ ਹੈ। ਹਾਦਸੇ ਦੇ ਵਿੱਚ ਮਾਲਕ ਦੇ ਵੱਲੋਂ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਿਤਾਇਆ ਗਿਆ ਹੈ। ਅੰਕੜੇ ਅਜੇ ਆਉਣੇ ਬਾਕੀ ਨੇ।